ਸਤਿ ਸ਼੍ਰੀ ਅਕਾਲ ਜੀ ਆਪਣਾ ਪੰਜਾਬ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਪੇਸ਼ ਨੇ ਹੁੰਦੀਆਂ ਮੁੱਖ ਖਬਰਾਂ। ਫਿਰੋਜ਼ਪੁਰ ਵਿੱਚ ਰੇਡ ਕਰਨ ਗਈ ਪੁਲਿਸ ਨੂੰ ਦੇਸੀ ਸ਼ਰਾਬ ਤਸਕਰਾਂ ਨੇ ਭਜਾ ਭਜਾ ਕੁੱਟਿਆ। किसाना ने कहा है कि जो सरकार खेती नीति बना रही है उसनु किसाना नाल सीधी गल करनी चाहिए है। आज एसएसपी जिला दिहाती दे दिशा निर्देशा तहत अते डीएसपी कुलदीप सिंह जंडियाला गुरु अते एसएचओ मुख्तियार सिंह दी अगवाई विच माड़े अंसरा खिलाफ चलाई गई मुहिम दे तहत आज एसएचओ मुख्तियार सिंह दी टीम नु मिली वड्डी कामयाबी। ते हुन खबरां विस्तार दे नाल। ਫਿਰੋਜ਼ਪੁਰ ਵਿੱਚ ਰੇਡ ਕਰਨ ਗਈ ਪੁਲਿਸ ਨੂੰ ਦੇਸੀ ਸ਼ਰਾਬ ਤਸਕਰਾਂ ਨੇ ਭਜਾ ਭਜਾ ਕੁੱਟਿਆ। ਡਾਂਗਾ ਗੰਡਾਸਿਆਂ ਨਾਲ ਪੁਲਿਸ ਤੇ ਕੀਤੇ ਵਾਰ, ਪੁਲਿਸ ਤੋਂ ਸਰਕਾਰੀ ਹਥਿਆਰ ਖੋਹਣ ਦੀ ਵੀ ਕੀਤੀ ਕੋਸ਼ਿਸ਼, ਪੁਲਿਸ ਦੀਆਂ ਗੱਡੀਆਂ ਦੀ ਵੀ ਕੀਤੀ ਭੰਨ ਤੋੜ। ਸੂਬੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਮਨਾਂ ਚੋਂ ਕਾਨੂੰਨ ਦਾ ਡਰ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਹੁਣ ਲੋਕ ਪੁਲਿਸ ਦਾ ਵੀ ਲਿਹਾਜ਼ ਨਹੀਂ ਕਰ ਰਹੇ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਡਾਂਗਾ ਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਹੈ, ਜਿਸ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ ਹੈ। ਪਤਾ ਨਹੀਂ ਕਾਰਨ ਇਹ ਹੈਗਾ ਵੀ ਕੋਈ ਫੜੀਚਾ ਨਹੀਂ, ਢਾਈ ਘੰਟੇ ਪੁਲਿਸ ਖੜੀ ਆਈ ਨੀ ਤੇ ਇਹਨਾਂ ਕਿਹਾ ਬੂਹਾ ਲਾ ਦੇਣਾ ਤੁਸੀਂ ਸਰਪੰਚ ਲਏ ਹੋ ਮੁਖੀ ਤੇ ਅਸੀਂ ਬੂਹਾ ਲਾ ਦੇਣਾ ਗੇਟ ਤੇ ਅੱਗੇ ਪੁਲਿਸ ਚੜ੍ਹ ਲੱਗੀ ਬਸ ਕੰਧਾਂ ਤੇ ਉਹਨਾਂ ਕਿਹਾ ਵੀ ਅਸੀਂ ਹਾਂ ਕੰਧਾਂ ਤੇ ਵੀ ਵਿਹਲੀ ਦੂਜੀ ਮੰਗਾਇਆ ਤੇ ਦੂਜੀ ਗੱਲ ਹੈਗੀ ਵੀ ਉਹਦੇ ਦਿਮਾਗ 'ਚ ਟੈਨਸ਼ਨ ਰਹਿੰਦੀ ਕਿਉਂਕਿ ਅਟੈਕ ਹੋਇਆ ਸੀ ਦੋ ਵਾਰੀ ਹੋਣਾ ਸੀ, ਦਵਾਈ ਚੱਲਦੀ ਹੁੰਦੀ ਫਾਇਲ ਕਿਆ ਚੋਂ ਤੇ ਹੁਣ ਦਾਖਲ ਕੀਤੀ ਰੱਖਣ ਚਾਰ ਦਿਨ ਹੋ ਗਏ ਛੁੱਟੀ 'ਤੇ ਆਇਆ ਉਹਦੇ ਦਿਮਾਗੀ ਟੈਨਸ਼ਨ ਹੈਗੀ ਤੇ ਹੁਣ ਦੂਜੀ ਗੱਲ ਹੈ ਕਿ ਬਾਲ ਬੱਚਨ ਮਾਰਾ ਕੁੱਟਾ ਗਿਆ ਹੈ, ਜੇ ਉਹਨਾਂ ਰੇਡ ਕਰਨੀ ਸੀ ਤਲਾਸ਼ੀ ਕਰਨੀ ਸੀ ਫਿਰ ਸਰਪੰਚ ਲਾਇਆ ਨੰਬਰ ਸਰਪੰਚ ਲਾਇਆ ਹਾਂ ਕੁੱਟਮਾਰ ਕੀਤੀ ਖੜੇ ਸੀ ਬਾਹਰ ਤੇ ਉਹਨਾਂ ਵਾਹਵਾ ਬੀਬੀਆਂ ਨੂੰ ਕੁੱਟਮਾਰ ਵੱਧ ਕੀਤੀ ਪੁਲਿਸ ਵਾਲਿਆਂ ਨੇ ਮੀਡੀਆ ਵਾਲਿਆਂ ਤੇ ਅਸੀਂ ਇਹ ਗੱਲ ਕਹੀ ਕੀ ਮੰਗ ਸਰਕਾਰ ਤੋਂ ਕੀ ਮੰਗ ਤੁਹਾਡੀ ਸਰਕਾਰ ਤੋਂ ਇਹ ਮੰਗ ਹੀ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਨੂੰ ਛੱਡਿਆ ਜਾਵੇ ਤੇ ਕੁੱਟਮਾਰ ਨਾ ਕੀਤੀ ਜਾਵੇ ਇਹਨਾਂ ਨੂੰ ਮੇਰਾ ਪਾੜਤ ਲੈ ਗਿਆ ਹਾਂ ਨਜਾਇਜ਼ ਫੜਿਆ ਕੋਈ ਪਰਚਾ ਨਹੀਂ ਕੁਛ ਨਹੀਂ ਹਾਂ ਇੰਦਰਪਾਲ ਸਿੰਘ ਐਕਸਾਈਜ਼ ਇੰਸਪੈਕਟਰ ਫਿਰੋਜ਼ਪੁਰ ਸਿਟੀ ਜੀ ਅੱਜ ਅਸੀਂ ਹਬੀਬ ਕੇ ਹਬੀਬ ਵਾਲਾ ਪਿੰਡ ਆ ਤੇ ਨਾਲ ਸਦਰ 'ਚ ਪੈਂਦਾ ਉੱਥੇ ਰੇਡ ਕੀਤੀ ਸੀ 10 ਮੁਲਾਜ਼ਮ ਸਾਡੇ ਐਕਸਾਈਜ਼ ਦੇ ਸੀ ਸਦਰ ਦੇ ਸੀ ਉੱਥੇ ਜਦੋਂ ਅਸੀਂ ਉਹਨੂੰ ਸਰਚ ਕਰਨ ਗਏ ਤੇ ਉਹ ਪੁੱਠੇ ਤੇ ਇਕੱਠੇ ਹੋ ਗਏ ਸਾਰੇ ਹੁਣ ਇੱਟੇ ਰੋੜੇ ਉੱਤੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਰਪੰਚ ਨੂੰ ਬੁਲਾ ਕੇ ਤੇ ਗੇਟ ਖੋਲਿਆ ਤੇ ਬੰਦੇ ਨੂੰ ਫੜਨ ਲੱਗੇ ਅਸੀਂ ਤੇ ਸਾਰਾ ਪਿੰਡ ਇਕੱਠਾ ਹੋ ਕੇ ਸਾਡੀ ਗੱਡੀ ਬੰਨਤੀ ਗੱਡੀ ਦੇ ਰੋੜੇ ਵਾਲੇ ਸਾਡੇ ਮੁਲਾਜ਼ਮਾਂ ਦੀ ਵਰਦੀ ਵੁਰਦੀ ਪਾਰੀ ਤੇ ਬੜੀ ਮੁਸ਼ਕਲ ਨਾਲ ਲੈ ਕੇ ਹੁਣ ਅਸੀਂ ਉਹਨੂੰ ਥਾਣੇ ਆਏ ਹਾਂ। ਹਥਿਆਰ ਇੱਕ ਤਾਂ ਗੰਡਾਸੀ ਉਹ ਮਾਰੀ ਆਈ ਆਪਣੀ ਗੱਡੀ ਦੇ ਉੱਤੇ ਗੰਡਾਸੀਆਂ ਸੀ ਡਾਂਗਾ ਸੀ ਕਿੱਟਾਂ ਰੋੜੇ ਸੀ ਤੇ ਬੜੀ ਮੁਸ਼ਕਲ ਨਾਲ ਬਚ ਕੇ ਨਿਕਲ ਕੇ ਆਏ ਹਾਂ ਇੱਥੋਂ ਇੱਕ ਬੰਦਾ ਹੀ ਕਾਬੂ ਆਇਆ ਬਾਕੀ ਦੇ ਬੰਦੇ ਉੱਤੇ ਛੱਡਣੇ ਪਏ ਨੇ। ਕਾਰਵਾਈ ਹੁਣ FIR ਕਰਾਵਾਂਗੇ ਹਾਂਜੀ ਇੱਕ ਫੜਿਆ ਬੰਦਾ ਜੀ ਅੰਦਰ ਪੇਸ਼ ਕਰਤਾ ਮੁਕਦਮਾ ਦਰਜ ਹੋਏਗਾ ਜੀ ਹਾਂਜੀ ਜੋ ਧਾਰਾ ਲੱਗਦੀਆਂ ਲਾਉਣਗੇ ਜੀ ਇਹ ਤਾਂ ਬਾਕੀ ਆਈ ਉਹਨੂੰ ਪਤਾ ਹੋਏਗਾ ਕੀ ਧਾਰਾ ਲੱਗਦੀ ਹੈ। ਕਿੰਨੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਆ? ਜ਼ਖਮੀ ਤਾਂ ਕੋਈ ਇੱਕ ਹੀ ਹੋਇਆ ਜੀ ਕੋਈ ਖਾਸ ਨਹੀਂ ਉਹਦੇ ਚੀਜ਼ੀ 'ਤੇ ਸੱਟ ਲੱਗੀ ਆ ਕਿਉਂਕਿ ਮੁਲਾਜ਼ਮ ਜ਼ਿਆਦਾ ਸੀ ਇਸ ਕਰਕੇ ਅਸੀਂ ਨਿਕਲਣ 'ਚ ਕਾਮਯਾਬ ਹੋ ਗਏ ਇਹ ਤਾਂ ਬੰਦੇ ਤਾਂ ਕਾਫੀ ਪਏ ਸੀ ਸਾਡੇ ਮਗਰੋਂ ਅਤੇ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ ਕੋਈ ਡਾਂਗਾਂ ਇੱਟਾਂ ਰੋੜੇ ਲੱਲਾ ਬੱਬਾ ਜੋ ਵੀ ਜਿਹਦੇ ਹੱਥ 'ਚ ਆਇਆ ਕੋਈ ਵੀ ਸਾਰਾ ਚੱਕ ਕੇ ਆ ਗਏ। ਕਸ਼ਮੀਰ ਸਿੰਘ ਜੰਗੀ ਕੁਛ ਨਹੀਂ ਹੈ ਦਾਰੂ ਦੇ ਪਾਨੇ ਵਿੱਚ ਲੈ ਗਏ ਨੇ ਪੁਲਿਸ ਵਾਲੇ ਤੱਕੇ ਨਾ ਬਹੁਤ ਕੁੱਟ ਕੁੱਟ ਕੇ ਲੈ ਗਏ ਨੇ ਵਿੱਚ ਪਾਇਆ ਨੇ ਹਾਂਜੀ ਹੈਗੀਆਂ ਨੇ ਵੀਡੀਓ ਵੀ ਹੈਗੀਆਂ ਨੇ ਕੁੱਟ ਮਾਰ ਦੀਆਂ ਐਂਪਲ ਵੀਡੀਓ ਸਾਰੀਆਂ ਹੈਗੀਆਂ ਨੇ ਹਾਂ ਦਵਾਈ ਚੱਲਦੀ ਪਈ ਉਹਨਾਂ ਦਾ ਬਲੱਡ ਵੱਧ ਜਾਂਦਾ ਉਹਨੂੰ ਕੁੱਟ ਕੁੱਟ ਕੇ ਲੈ ਗਏ ਹੁੰਦਾ ਕੋਈ ਪਤਾ ਨਹੀਂ ਢਿੱਲਾ ਫਿਰ ਹੋ ਜਾਵੇ ਉਹ ਚੁੰਦ ਮਗਰ ਜਗੀਰ ਸਿੰਘ ਦਾ ਹਾਂਜੀ ਪੁਲਿਸ ਬਹੁਤ ਧੱਕਾਸ਼ਾਹੀ ਕਰ ਰਹੀ ਹੈ ਸਾਡੇ ਕੋਲ ਸਾਡੀ ਮੰਗ ਹੈਗੀ ਹੈ ਵੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ 'ਤੇ।
हाँ इन्हें कंट्रोल किया थोड़ा भी किसी को चीज नहीं फिर धक्के लै जाते हैं चक्के हाँ जी गोली भी चला की कोशिश की फिर जनानियां आगू हुई ने गड्डी पजा के धक्के पा के लगाए ने जनानिया सिर पाड़ के मेरे भरा एक सट ला के आए साड़ी मांग हैगी इन्हों का परचा किया जाए ਮਲੂਕ ਸਿੰਘ ਜੀ ਅਮਲਾ ਸੀ ਦਾਰੂ ਦੇਖਣ ਗਏ ਸੀਗੇ ਜੀ ਦਾਰੂ ਦੀ ਸਰਚ ਕਰ ਰਹੇ ਸੀਗੇ ਜਦੋਂ ਜਿਹੜੇ ਘਰ 'ਤੇ ਸਾਨੂੰ ਸ਼ੱਕ ਸੀਗਾ ਇਨਫੋਰਮੇਸ਼ਨ ਮਿਲੀ ਸੀ ਜਦੋਂ ਉਹਨਾਂ ਨੂੰ ਦੇਖਿਆ ਵਾ ਵੀ ਇਹ ਦਾਰੂ ਇਹਨਾਂ ਦੇ ਘਰ ਹੈ ਤਾਂ ਉਹਨਾਂ ਗੇਟ ਲਾਇਆ ਹੋਇਆ ਸੀ ਲੌਕ ਲਾ ਦਿੱਤਾ ਜੀ ਲੌਕ ਲਾਉਣ ਤੋਂ ਬਾਅਦ ਮੁੜ ਕੇ ਕਹਿੰਦਾ ਵੀ ਸਰਪੰਚ ਆਏਗਾ ਬਾਅਦ 'ਚ ਖੋਲਾਂਗੇ ਗੇਟ ਹਾਂ ਸਰਪੰਚ ਖੋਲ ਆਇਆ ਵਾ ਗੇਟ ਖੋਲਿਆ ਵਾ ਦਾਰੂ ਉਹਨੇ ਦੇਰ ਨੂੰ ਰੋਡ 'ਤੇ ਉਹਨਾਂ ਘੱਟੋ ਘੱਟ ਅੱਧਾ ਪੌਣਾ ਘੰਟਾ ਬਾਹਰ ਖੜ੍ਹੇ ਰਹੇ ਜੀ ਅਮਲਾ ਇੱਟਾਂ ਰੋੜੇ ਹਾਂਜੀ ਸੱਟ ਨੋਰਮਲ ਹੈ ਚੀਚੀ 'ਤੇ ਜੀ ਆਪਣਾ ਹੈਂਡ ਦੀ ਇੱਟਾਂ ਰੋੜਾ ਡਾਂਗਾ ਨਾਲ ਮੇਰੇ 10 ਬੰਦੇ ਸੀ ਅਤੇ ਸਦਰ ਪੁਲਿਸ ਦੇ 5 ਜਵਾਨ ਜੀ ਉਹ ਤਾਂ ਅਣਗਿਣਤੀ ਸੀਗੇ ਜੀ 40 50 60 60 ਕਾਠੀ ਲਾ ਲਓ ਪੂਰਾ ਸਾਡੇ ਇਹਨਾਂ ਹੱਥਾਂ ਨੂੰ ਕੰਮ ਦਿਓ किसानों ने कहा है कि जो सरकार खेती नीति बना रही है उसनु किसानों नाल सीधी गल करनी चाहिए है किसानों का पूरा कर्जा माफ करना चाहिए है ते अगली कर्जा नीति नवे तरीके नाल बनाई जानी चाहिए है इन्ना ही नहीं बल्कि किसानों ने कहा है कि उन्होंने नाल ही मुआवजा भी दिता जाए इस नाल ही उन्होंने कहा है कि हर खेत नु 24 घंटे नहरी पानी मिलना भी चाहिए है जेकर खेतों विच नहरी पानी की लोड़ नहीं है तो नहरू का पानी बंद ना किया जाए हालांकि सरकार इस नु धरती विच रिचार्ज करने लिए योजना तैयार कर रही है अमर सिंह जी पिंड लौंगवाल अज असी संगरूर मुख्यमंत्री की कोठी अगे एक मंग पत्र जारी करना बड़ी विशाल रैली करके क्योंकि साडियां किसान ते मजदूरां दियां बहुत हकी ते जायज मंगा ने जिवें कि किसान ते मजदूर ते हरी क्रांति लिया के इन्होंने कर्जे की पंड मड़ी है असी सरकारां नूं पहलां भी बेनती करदे आं ते हुण असी मुख्यमंत्री भगवंत मान साडे आपदे पिंडां दे विच्चों है एक ओ परिवारां दे विच्चों है जिहड़ा कि परिवारां दे दर्द नूं जाणदा है असी इहनूं मंग पत्र इस तरह देण आया कि भरावा जिहड़ी हजारां एकड़ जमीन साडे खून पसीने की पी के एक घराणे ने कारपोरेट घराणे ने साडियां हक्कां ते डाका मारिया है वो साडे गरीब ते किसान मजदूरां दे विच वंडी जावे ते इसे तरह असी नहीं कहते कि नवीं फसल फसलों लिया के दे सानू क्योंकि असी कहने अज तक झोने तो खड़ा छडाउणा चाहुंदे आ झोना तो साडे उरे किसी भी तरह पंजाब दे विच दो गड्डियां नहीं लगदियां चौलां दियां सानू तो यह मड़े हैगा असी कहने वे बाकी दियां होर फसलों से ये एसएमसी दे ते पूरे रेट दे असी तो खड़ा छडाउणे आ क्योंकि साडी हवा साडा प्रदूषण सानू पता है कि साडा धरती हेठला पानी किवें गंदला हो रहा है असी ये भी मंग करदे आ कि साडे 24 सारा साल सूआं दा पानी चले तां कि साडा जिहड़ा वो पानी जो वाधू हुंदा है वो रिचार्ज बोर ला के धरती के थले साडा पानी पीण योगता होवे जिहड़े उरे वड्डे कारपोरेट घराणे जिहड़ियां फैक्टरियां जिवें रजिंदर धौले वर्गे ये पानी दे विच पानी शुद्ध तो बिना गंदा पानी पा के साडा लोकां दा ये जानी माल मतलब बहुत वड्डा नुकसान कर रहे ने क्योंकि साडा जिमीदार ते मड़िया जांदा जिमीदार बिल्कुल नहीं चाहुंदा अज तक कहिंदे आ कि सानू असीं बदलवीआं फसलां बीज लांगे सानू जिहड़ा प्रॉफिट हुंदा है ਉਹ 50% ਸਰਕਾਰ ਲਿਖ ਕੇ ਦੇਵੇ ਜਿਹੜੀ ਫਸਲ ਕਹੂਗੀ ਉਹ ਬੀਜਣ ਨੂੰ ਤਿਆਰ ਆ ਜਿਵੇਂ ਕਿ ਉਦਾਹਰਨ ਤੌਰ ਤੇ ਸਾਡਾ ਜਾਦੇ ਰਕਬਾ ਬਠਿੰਡੇ ਦੇ ਵਿੱਚ ਨਰਮੇ ਦਾ ਹੁੰਦਾ ਸੀ ਮਾਨਸਾ ਦੇ ਵਿੱਚ ਨਰਮੇ ਦਾ ਹੁੰਦਾ ਸੀ ਉਸ ਤਰ੍ਹਾਂ ਉਹ ਸਾਨੂੰ ਬੀਜ ਨਹੀਂ ਮਿਲਿਆ ਕਿਤੇ ਸਾਡੇ ਭਰਾ ਚਿੱਟੀ ਮੱਖੀ ਨਾਲ ਖਰਚਾ ਖਾ ਕੇ ਖੁਦਕਸ਼ੀਆਂ ਕਰ ਰਹੇ ਨੇ ਕਿਤੇ ਗੁਲਾਬੀ ਚੁੰਡੀ ਨਾਲ ਕਿਉਂਕਿ ਉਹ ਗੁਜਰਾਤ 'ਚੋਂ ਬੀਜ ਆਉਂਦਾ ਅੱਜ ਤਾਂ ਇਹ ਵੀ ਮੰਗ ਕਰਦੇ ਕਿ ਪੰਜਾਬ ਦੇ ਵਿੱਚ ਚੁਣੀ ਬਰਾਸ਼ਟੀਆਂ ਸਾਡਾ ਚੰਗਾ ਬੀਜ ਤਿਆਰ ਕਰਕੇ ਸਾਡੀਆਂ ਸੁਸਾਇਟੀਆਂ ਤੱਕ ਤੋਰਨ ਤਾਂ ਕਿ ਸਾਡਾ ਕਿਸਾਨ ਤੇ ਮਜ਼ਦੂਰ ਖੁਦਕਸ਼ੀਆਂ ਦੇ ਰਾਹ 'ਚੋਂ ਬਾਹਰ ਨਿਕਲ ਸਕੇ ਇਹ ਨੌਮਰਾਦ ਬਿਮਾਰੀਆਂ ਦੇ ਵਿੱਚੋਂ ਬਾਹਰ ਨਿਕਲ ਸਕੇ ਜਾਡੀ ਜਿਹੜੀ ਸਾਂਝ ਹੈ ਭਾਈਕ ਤੌਰ ਤੇ ਕਿਸਾਨ ਤੇ ਮਜ਼ਦੂਰ ਦੀ ਇਕੱਠੀ ਹੋਣੀ ਚਾਹੀਦੀ ਹੈ ਇਹ ਸਰਕਾਰਾਂ ਨੇ ਸਾਡਾ ਬੇੜਾ ਗਰਕ ਕਰਤਾ ਸਾਡੀ ਸਾਂਝ ਤੋੜਤੀ ਇਸੇ ਤਰ੍ਹਾਂ ਭਰਾਵੋ ਅਸੀਂ ਇਹ ਮੰਗ ਪੱਤਰ ਦੇਣ ਆਇਆ 20-21 ਚੀਜ਼ਾਂ ਇਹਦੇ ਵਿੱਚ ਮੰਗ ਪੱਤਰ ਦੇ ਵਿੱਚ ਅਸੀਂ ਮੰਗੀਆਂ ਨੇ ਇਸੇ ਤਰ੍ਹਾਂ ਅਸੀਂ ਹੋਰ ਵੀ ਕਰਨੀ ਚਾਹੁੰਦੇ ਹਾਂ
के कहंदे ने असि बादलमिया फसलां दा भराव असि गन्ना बीजदे ते ओ भी साडे खंड मिल जिवें गन्ने दा नाम लैके सानू बीज भी बेटा बीजा गया आ जिहड़ी छन्ना तौला दे विच रजिंदर गुप्ता ने फैक्टरी लाई है ये बिलकुल भराव साडा पलाटा मिल मतलब इन्हां ने ओ पलाटा दे विच बेचता धूरी मिल नूं खत्म कर लगे हुए ने साडा 6 करोड़ रुपया धूरी मिल दा जिमीदारां दा खड़ा है ਉਹ ਭਰਾਵੋ ਅਸੀਂ ਕਿਵੇਂ ਸਾਡੇ ਖਰਚੇ ਵੱਧ ਨੇ ਸਾਨੂੰ ਖੇਤੀ ਦੇ ਵਿੱਚੋਂ ਕੋਈ ਲਾਗਤ ਖਰਚੇ ਪੂਰੇ ਨਹੀਂ ਮਿਲਦੇ ਅਸੀਂ ਦੁਖੀ ਹੋਏ ਸਾਨੂੰ ਕੋਈ ਸ਼ੌਕ ਨਹੀਂ ਆ ਸੜਕਾਂ ਤੇ ਧਰਨੇ ਮੁਜ਼ਾਰੇ ਦੇਣ ਦਾ ਅਸੀਂ ਆਪਦੀਆਂ ਹੱਕਾਂ ਤੇ ਜਾਇਜ਼ ਮੰਗਾਂ ਲਈ ਇਕੱਠੇ ਹੋ ਕੇ ਇਹਨਾਂ ਮੰਗ ਪੱਤਰ ਦੇਣ ਆਇਆ ਮੇਰਾ ਨਾਮ ਮਨਜੀਤ ਸਿੰਘ ਨਿਆਲ ਜ਼ਿਲ੍ਹਾ ਪਟਿਆਲਾ ਅੱਜ ਸੰਗਰੂਰ ਦੀ ਧਰਤੀ ਦੇ ਉੱਤੇ ਭਗਵੰਤ ਮਾਨ ਮੁੱਖ ਮੰਤਰੀ ਦੀ ਜੋ ਕੋਠੀ ਅੱਗੇ ਇੱਕ ਦਿਨ ਦਾ ਰੋਸ ਪ੍ਰਦਰਸ਼ਨ ਕਰਕੇ ਅਸੀਂ ਇੱਕ ਖੇਤੀਬਾੜੀ ਸੰਬੰਧੀ ਇੱਕ ਖਰੜਾ ਸੌਂਪਣਾ ਜੋ ਪਿੰਡਾਂ ਦੇ ਵਿੱਚੋਂ ਕਿਸਾਨੀ ਨਾਲ ਜੁੜੇ ਹੋਏ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਤਿਆਰ ਕਰਕੇ ਲੈ ਕੇ ਆਏ ਹਾਂ ਕਿਉਂਕਿ ਕਿਸਾਨੀ ਦੇ ਧੰਦੇ ਨੂੰ ਲਾਹੇਵੰਦ ਬਣਾਉਣ ਵਾਸਤੇ ਖੇਤੀ ਨੀਤੀ ਦੇ ਵਿੱਚ ਵੱਡੀਆਂ ਲੋੜਾਂ ਫੇਰਬਦਲ ਕਰਨ ਦੀਆਂ ਕਿਉਂਕਿ ਝੋਨੇ ਦੀ ਫਸਲ ਨੂੰ ਜਿਵੇਂ ਆਪਾਂ ਹਰ ਵਾਰ ਲਗਾਤਾਰ ਕਾਫੀ ਸਾਲਾਂ ਤੋਂ ਕਰਦੇ ਆ ਰਹੇ ਹਾਂ ਪਾਣੀ ਦੀ ਸਮੱਸਿਆ ਵੱਧਦੀ ਜਾਂਦੀ ਹੈ ਨਹਿਰੀ ਪਾਣੀਆਂ ਦੀ ਘਾਟ ਪੈਂਦੀ ਜਾ ਰਹੀ ਹੈ ਅਤੇ ਬਰਸਾਤਾਂ ਦੀ ਘਾਟ ਦੇ ਕਾਰਨ ਸਾਡੇ ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਆਉਣ ਵਾਲੇ ਦਿਨਾਂ 'ਚ ਵਧਣੀ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਸੰਗਰੂਰ ਦੀ ਧਰਤੀ 'ਤੇ ਮੁੱਖ ਮੰਤਰੀ ਨੂੰ ਇੱਕ ਖੇਤੀਬਾੜੀ ਸੰਬੰਧੀ ਖਰੜਾ ਸੌਂਪਣਾ ਕਿਵੇਂ ਦੇਖ ਲਓ ਲਗਾਤਾਰ ਜਿਹੜਾ ਮੌਸਮ ਦਾ ਪ੍ਰਕੋਪ ਆ ਕਿਸਾਨਾਂ ਦੀ ਪੱਕੀ ਪਕਾਈ ਕਣਕ ਦੇ ਉੱਪਰ ਅਸਰ ਹੋਇਆ ਕਿਸਾਨਾਂ ਨੂੰ ਬਿਲਕੁਲ ਸਮੇਂ ਦੇ ਉੱਪਰ ਆ ਕੇ ਜਿਹੜੇ ਨੁਕਸਾਨ ਹੋਣਦੇ ਵੱਡੇ ਉਹਦੇ ਬਾਰੇ ਕੀ ਕਹੋਗੇ ਦੇਖੋ ਜੋ ਕਿਸਾਨਾਂ ਦੀ ਬੇਮੌਸਮੀ ਬਾਰਿਸ਼ ਦੇ ਨਾਲ ਨੁਕਸਾਨ ਹੋਇਆ ਇਕੱਲੀ ਕਣਕ ਦੀ ਫਸਲ ਨੂੰ ਨਹੀਂ ਆਲੂਆਂ ਦੀ ਫਸਲ ਵੀ ਆ ਜਾਂ ਅਗਲੀਆਂ ਨਵੀਆਂ ਫਸਲਾਂ ਬੀਜੀਆਂ ਹੋਈਆਂ ਜਿਵੇਂ ਹੋਰ ਕਾਫੀ ਹੈਗੀ ਹੈ ਉਹ ਸਾਰੀਆਂ ਦਾ ਵੱਡੇ ਪੱਧਰ ਦਾ ਨੁਕਸਾਨ ਕਿਉਂਕਿ ਗੜੇਮਾਰੀ ਵੀ ਹੋਈ ਆ ਅਤੇ ਬਾਰਿਸ਼ਾਂ ਪਾਣੀ ਬੜੇ ਖੜੇ ਆ ਪਰ ਅਸੀਂ ਉਸ ਤਰੀਕੇ ਨਾਲ ਇਹਨੂੰ ਦੇਖਦੇ ਹਾਂ ਕਿ ਪੰਜਾਬ ਦੀ ਸਰਕਾਰ ਜੇ ਬਜਟਾਂ ਦੇ ਵਿੱਚ ਵੱਡੀਆਂ ਗੱਲਾਂ ਕਰਦੀ ਆ ਕਿ ਅਸੀਂ ਕਿਸਾਨਾਂ ਦੀ ਖੇਤੀ ਦੇ ਸੰਬੰਧ ਦੇ ਵਿੱਚ ਰੱਖਦੇ ਹਾਂ ਤਾਂ ਜਿਹੜੇ ਉਹ ਨੁਕਸਾਨ ਹੋ ਜਾਂਦੇ ਆ ਉਹ ਚਾਹੇ ਕੁਦਰਤੀ ਆਫਤਾਂ ਦੇ ਨਾਲ ਹੁੰਦੇ ਆ ਬਾਰਿਸ਼ਾਂ ਨਾਲ ਹੁੰਦੇ ਆ ਗੜੇਮਾਰੀ ਨਾਲ ਹੁੰਦੇ ਆ ਜਾਂ ਕਿਤੇ ਕਣਕਾਂ ਨੂੰ ਅੱਗਾਂ ਲੱਗ ਜਾਂਦੀਆਂ ਅਤੇ ਸਰਕਾਰ ਨੇ ਕਦੇ ਉਹਨਾਂ ਗੱਲਾਂ ਦੇ ਪਾਸੇ ਧਿਆਨ ਨਹੀਂ ਦਿੱਤਾ ਜੇ ਕਿਸੇ ਵੱਡੇ ਕਾਰਪੋਰੇਟ ਘਰਾਣੇ ਦੀ ਫੈਕਟਰੀ ਨੂੰ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਉਹਨਾਂ ਦੇ ਕਰਜ਼ੇ ਸਮੁੱਚੇ ਮਾਫ਼ ਕੀਤੇ ਜਾਂਦੇ ਆ ਅਤੇ ਸਾਡੇ ਕਿਸਾਨਾਂ ਨੂੰ ਕਰਜ਼ਿਆਂ ਵਿੱਚ ਜਾਕੜ ਕੇ ਉਹਨਾਂ ਤੋਂ ਜਬਰੀ ਕਰਜ਼ੇ ਜ਼ਮੀਨਾਂ ਦੀਆਂ ਕੁਰਕੀਆਂ ਅਤੇ ਸਜ਼ਾਵਾਂ ਕੀਤੀਆਂ ਜਾਂਦੀਆਂ ਸੋ ਇਹੀ ਖਰੜਿਆਂ ਦੇ ਵਿੱਚ ਅਸੀਂ ਲੈ ਕੇ ਆਇਆ ਕਿ ਸਰਕਾਰ ਕਿਸਾਨਾਂ ਵੱਲ ਨੂੰ ਵੱਡੇ ਪੱਧਰ 'ਤੇ ਧਿਆਨ ਦੇਣ ਦੀ ਲੋੜ ਹੈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਜੋ ਧੰਦਾ ਬਹੁਤ ਘਾਟੇ ਦਾ ਧੰਦਾ ਰਹਿ ਜਾਣਾ ਅਤੇ ਸਾਡੀ ਨੌਜਵਾਨੀ ਨੇ ਵਿਦੇਸ਼ਾਂ ਨੂੰ ਡਾਰੀ ਮਾਰ ਜਾਣੀਆਂ ਅਤੇ ਜ਼ਮੀਨਾਂ ਬੰਜਰ ਹੋਣ ਦੇ ਕਿਨਾਰੇ ਵਾਲੇ ਪਾਸੇ ਨੂੰ ਵੱਧ ਰਹੀਆਂ ਅੱਜ ਦੇਖੋ ਸਾਡਾ ਸੰਕੇਤਕ ਧਰਨਾ ਇੱਕ ਮੰਗ ਪੱਤਰ ਸੌਂਪਣਾ ਜੇ ਕੋਈ ਅਗਲੇ ਇਹਦੇ ਉੱਤੇ ਸਰਕਾਰ ਨਹੀਂ ਗੌਰ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨਾਲ ਰਾਇ ਕਰਕੇ ਲੋਕਾਂ ਦੀ ਸਲਾਹ ਜਾਣ ਕੇ ਜਿਹੜਾ ਵੀ ਕੋਈ ਅਗਲਾ ਐਕਸ਼ਨ ਹੋਊਗਾ ਉਹ ਕਮੇਟੀ ਦੇ ਮੁਤਾਬਕ ਵਿਚਾਰ ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਊ ਅੱਜ SSP ਜ਼ਿਲ੍ਹਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ DSP ਕੁਲਦੀਪ ਸਿੰਘ ਜੰਡਿਆਲਾ ਗੁਰੂ ਅਤੇ SHO ਮੁਖਤਿਆਰ ਸਿੰਘ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ SHO ਮੁਖਤਿਆਰ ਸਿੰਘ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਕੀ ਮਾਮਲਾ ਜੀ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਅੱਜ ਸਾਡੇ ਸੀਨੀਅਰ ਅਫਸਰ ਸਹਿਬਾਨ ਦੀ ਡਾਇਰੈਕਸ਼ਨ ਤੇ ਸਾਡੀਆਂ ਪੈਟਰੋਲਿੰਗ ਨਾਕਾਬੰਦੀਆਂ ਲਗਾਤਾਰ ਮਾੜੇ ਅਨਸਰਾਂ ਦੇ ਖਿਲਾਫ ਚੱਲ ਰਹੀਆਂ ਸੀ ਮੁਹਿੰਮ ਚੱਲ ਰਹੀ ਸੀ ਇਹਦੇ ਸੰਬੰਧ ਵਿੱਚ 20 ਤਰੀਕ ਨੂੰ ਕੱਲ੍ਹ ਸਾਡੀ ਅਲੱਗ ਅਲੱਗ ਪੈਟਰੋਲਿੰਗ ਪਾਰਟੀਆਂ ਇੱਕ ਦੇ ਵਿੱਚ SA ਹਰਜਿੰਦਰ ਸਿੰਘ ਸਮੇਤ ਟੀਮ ਸੀ ਦੂਸਰੀ ਸਾਡੀ ਟੀਮ ਸੀ SA ਧਰਮਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਬੰਡਾਲਾ ਰਿਸ਼ਪਾਲ ਸਿੰਘ ਜਿਹੜੀ ਹਰਜਿੰਦਰ ਸਿੰਘ ਵਾਲੀ ਟੀਮ ਹੈ ਇਹਨਾਂ ਨੇ ਪਿੰਡ ਬਾਲੀਆ ਮੱਝਪੁਰ ਤੋਂ ਬਲਵਿੰਦਰ ਸਿੰਘ ਬਿੱਲਾ ਪੁੱਤਰ ਕਸ਼ਮੀਰ ਸਿੰਘ ਹੈ ਜਿਹਦੇ ਪਾਸੋਂ ਪਿਸਟਲ 32 ਬੋਰ ਨਜਾਇਜ਼ ਸਮੇਤ ਦੋ ਰਾਊਂਡ ਬਰਾਮਦ ਕੀਤੇ ਹੈ ਅਤੇ ਮੁਕੱਦਮਾ ਦਰਜ ਕਰਕੇ ਅਰੈਸਟ ਕਰ ਲਈ ਆ ਬਾਕੀ ਇਹਦੀ ਪੁੱਛਗਿੱਛ ਜਾਰੀ ਆ ਤਫਤੀਸ਼ ਜਾਰੀ ਆ ਵੀ ਕਿੱਥੋਂ ਲੈ ਕੇ ਆ ਇਸ ਵੈਪਨ ਦੇ ਨਾਲ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਅਸੀਂ ਅੱਜ ਪੁਲਿਸ ਰਿਮਾਂਡ ਵੀ ਇਹਨਾਂ ਦਾ ਲੈ ਰਹੇ ਹਾਂ ਇਹਦੇ ਅੱਗੇ ਖੁਲਾਸੇ ਕੀਤੇ ਜਾਣਗੇ ਪਿਸਟਲ ਕਿੱਥੋਂ ਆਇਆ ਇਹਦੇ ਨਾਲ ਕੀ ਵਾਰਦਾਤਾਂ ਹੋਈਆਂ ਦੂਸਰਾ ਸਾਡੀ ਬਰਾਮਦਗੀ ਕੀਤੀ ਹੈ ਜੀ ਚੌਂਕੀ ਇੰਚਾਰਜ ਬੰਡਾਲਾ ਰਿਸ਼ਪਾਲ ਸਿੰਘ ਅਤੇ SA ਧਰਮਿੰਦਰ ਸਿੰਘ ਵੱਲੋਂ ਹੋਈ ਹੈ ਇਹ 'ਚ 150 ਗ੍ਰਾਮ ਹੈਰੋਇਨ 150 ਗ੍ਰਾਮ ਹੈਰੋਇਨ ਜੋ ਪ੍ਰਗਟ ਸਿੰਘ ਔਰ ਸਾਜਨ ਹੈ ਸ਼ੇਖੂਪੁਰ ਮਹੱਲਾ ਜੰਡਿਆਲਾ ਦਾ ਰਹਿਣ ਵਾਲਾ ਇਹਦੇ ਪਾਸੋਂ ਬਰਾਮਦ ਕੀਤੀ ਆ ਇਹਦੀ ਵੀ ਪੁੱਛਗਿੱਛ ਚੱਲਦੀ ਆ ਇਹਦਾ ਵੀ ਰਿਮਾਂਡ ਲੈ ਕੇ ਅੱਗੇ ਤਹਿ ਤੱਕ ਜਾਵਾਂਗੇ ਵੀ 150 ਗ੍ਰਾਮ ਹੈਰੋਇਨ ਇਹਦੇ ਕੋਲ ਪਿੱਛੋਂ
ਕਿੱਥੋਂ ਆਈ, ਅੱਗੇ ਕਿਹਨੂੰ ਕਿਹਨੂੰ ਸੇਲ ਕਰਨੀ, ਜਿਹੜਾ ਜਿਹੜਾ ਇਸ ਚੀਜ਼ ਦੇ ਨਾਲ ਸੰਪਰਕ ਹੋਏਗਾ ਹਰ ਬੰਦਾ ਇਹ ਮੁਕਦਮੇ 'ਚ ਨੋਮੀਨੇਟ ਕੀਤਾ ਜਾਏਗਾ। देखो जो है बलविंदर सिंह बिल्ला बिस्टला पहला भी इन्होंने गोली चलाई से मुंडिया रल के चाटी मिले एरिए पहला भी 7 महीने 8 जेल चला के जस्ट हूँ ही बेल से आया से जिहड़े अजिहे बेल आउट परसन आ उन्होंने संद अफसर हदायत मुताबक वैसे भी साढ़े फर्ज ने एक कड़ी निगरानी रखते हैं ता जो द्वारा आगे कोई हरकत ना करन उसे की कड़ी चीज यह फड़िया गया साड़ी फिर भी अजिहे माड़े अंसर से सख्ती कार्रवाई कार्रवाई की जाऊगी पेश आवे मुढ़ली स्थिति सामने आ रही फिलहाल यही है भी इन्होंने जो नजायज वैपन ने वारदात कर लुटा खोह कर रखा तो की अगे ना करनिया वा कितों कितों वैपन लै गया इन्वेस्टिगेशन जारी है सर हैरन किन्नी जगह तो फड़े गए अज एसएसपी जिला दिहाती दे देशा निर्देशा तहत अते डीएसपी कुलदीप सिंह जंडियाला गुरु अते एसएचओ मुख्तियार सिंह दी अगवाई विच माड़े अंसरां खिलाफ चलाई गई मुहिम दे तहत अज एसएचओ मुख्तियार सिंह दी टीम नू मिली वड्डी कामयाबी। बलविंदर सिंह बिल्ला पुत्र कश्मीर सिंह है जिहदे पास पिस्टल 32 बोर नजायज समेत दो राउंड बरामद किए हैं तो मुकदमा दर्ज करके अरैसट कर ली है। बाकी यदि पूछगिछ जारी है तफ्तीश जारी है भी कितों लैके आया इस वैपन के नाल कि वारदातें की असं अब पुलिस रिमांड भी इन्होंने ले रहे हैं ये खुलासे किए जाएंगे पिस्टल कितों आया इन्हें की वारदात हुई है। दूसरा साड़ी बरामदगी की है जी चौंकी इंचार्ज बंडाला रशपाल सिंह ऐसे तजिंदर सिंह वालों हुई है इस 150 ग्राम हैरोइन जो प्रगट सिंह और साजन है शेखूपुर मला जंडियाला का रहने वाला ये पासों बरामद की है यदि भी पुछगिछ चलती है यदा भी रिमांड लैके अगे तय तक जावे भी 150 ग्राम हैरोइन ये को पिछों खेप कितों आई अगे किनू किनू सेल करनी जिरा जिरा इस चीज़ के नाल संपर्क होएगा हर बंदा इस मुकदमे च नॉमीनेट किया जाएगा। बलविंदर सिंह बिल्ला बिस्टला पहला भी इन्होंने गोली चलाई से मुंडिया नाल रल के चाटी मिले एरिए पहला भी 7 महीने 8 जेल चला के जस्ट हूँ ही बेल से आया जिहड़े अजिहे बेल आउट परसन आ उन्होंने संद अफसर हदायत मुताबक वैसे भी साढ़े फर्ज ने एक कड़ी निगरानी रखते हैं ता जो द्वारा आगे कोई हरकत ना करन उसे की कड़ी चीज यह फड़िया गया साड़ी फिर भी अजिहे माड़े अंसर से सख्ती कार्रवाई कार्रवाई की जाऊगी पेश आवे मुढ़ली स्थिति सामने आ रही फिलहाल यही है भी इन्होंने जो नजायज वैपन ने वो वारदात कर लुटा खोह कर रखा तो की अगे ना करनिया वा कितों कितों वैपन लै गया इन्वेस्टिगेशन जारी है। सर हैरन किन्नी जगह तो फड़े गए देश विदेश दीआं ताज़ा तरीन खबरां नूं जानण दे लई बने रहो अपना पंजाब टीवी दे नाल। धन्नवाद।